ਮੈਨੂੰ ਨਾ ਜਦੋਂ ਸ਼ੁਰੂ ਹੋਇਆ ਨਾ ਤਾਂ ਮੈਨੂੰ ਪਤਾ ਨਹੀਂ ਲੱਗਦਾ ਸੀ ਬਈ ਕੀ ਹੈ। ਮੇਰਾ ਨਾਂ ਭਗਵੰਤ, ਮੈਨੂੰ ਜਿਹੜਾ ਡਿਮੈਂਸ਼ੀਆ ਉਹ ਐਲਜ਼ਾਈਮਰ ਹੈ। ਸਮ ਟਾਈਮ ਮਾਈ ਫਰੈਂਡਸ ਏ ਤੂੰ ਤਾਂ ਪਾਗਲ ਹੈ, ਤੈਨੂੰ ਤਾਂ ਕੁਛ ਪਤਾ ਨਹੀਂ ਲੱਗਦਾ। ਲੇਕਿਨ ਇਹ ਸਾਡੀ ਨਾ ਹੈਬਿਟ ਹੀ ਹੁੰਦੀ ਹੈ। ਦੇ ਡਿਡਨਟ ਮੀਨ ਯੂਅਰ ਪਾਗਲ, ਬਟ ਦੇ ਜੱਸੇ। ਸਾਡੀ ਸੋਸਾਇਟੀ 'ਚ ਮੇਨ ਪ੍ਰੋਬਲਮ ਪਤਾ ਕੀ ਹੈ? ਸਟੇਟ ਵੇ ਵੀ ਸੇ ਇਹਨਾਂ ਦਿਮਾਗ ਖਰਾਬ ਹੈ। ਜਦੋਂ ਤੁਸੀਂ ਇਹ ਕਹਿੰਦੇ ਹੋ ਨਾ ਕਿ ਮੈਂਟਲ ਹੋ ਗਈ, ਤੁਹਾਡੇ ਦਿਮਾਗ 'ਤੇ ਹੋਰ ਪ੍ਰੈਸ਼ਰ ਪੈਂਦਾ ਹੈ। ਵਨ ਡੇ ਮੈਂ ਗੱਡੀ ਚਲਾ ਰਹੀ ਸੀ, ਇੱਕਦਮ ਅਚਾਨਕ ਨਾ ਮੈਨੂੰ ਇਹ ਭੁੱਲ ਗਿਆ ਕਿ ਮੈਂ ਕਿੱਥੇ ਜਾਣਾ। ਦੈਟ ਡੇ ਆਈ ਰੀਅਲਾਈਜ਼ ਸਮਥਿੰਗ ਰੋਂਗ ਵਿਦ ਮੀ, ਰੀਅਲੀ ਸਮਥਿੰਗ। ਇਹਨਾਂ ਟਾਊਨ ਦੇ ਵਿੱਚ ਉੱਥੇ ਨਾ ਸਟੋਲ ਸੀ ਲੱਗਾ, ਅਤੇ ਜਸਟ ਆਈ ਵੈਂਟ ਇਨ ਐਂਡ ਆਸਕ ਆਈ ਨੀਡ ਹੈਲਪ, ਆਈ ਫੀਲ ਦੈਟ ਸਮਥਿੰਗ ਰੋਂਗ ਵਿਦ ਮੀ। ਫਿਰ ਉਹਨਾਂ ਮੈਨੂੰ ਹੋਸਪਿਟਲ ਦੀ ਵੀ ਅਪੁਆਇੰਟਮੈਂਟ ਲਈ ਕਿਹਾ ਕਿ ਉਸ ਤੋਂ ਬਾਅਦ ਫਿਰ ਉਹ ਡਾਇਗਨੋਸ ਕੀਤਾ ਕਿ ਮੈਨੂੰ ਹੈਗਾ ਐਲਜ਼ਾਈਮਰ ਡਿਮੈਂਸ਼ੀਆ। ਦੈਟ ਟਾਈਮ ਯੂ ਨੋ ਆਈ ਵਾਜ਼ ਬਿਟ ਸਕੇਅਰਡ, ਬਟ ਇਟ ਇਜ਼ ਵੈਰੀ ਹੈਲਪਫੁਲ। ਆਈ ਥਿੰਕ ਐਵਰੀਬਾਡੀ ਸ਼ੁੱਡ ਗੋ ਫੋਰ ਡਾਇਗਨੋਸ। ਆਫਟਰ ਦੈਟ ਮੈਂ ਖੁਦ ਹੀ ਉਹਨਾਂ ਨੂੰ ਦੱਸਿਆ ਵੀ ਇਟਸ ਨੋਟ ਮੈਂਟਲੀ ਪਾਗਲ ਨਹੀਂ ਹੈ, ਇਟਸ ਜਸਟ ਏ ਡਿਜ਼ੀਜ਼। ਅਤੇ ਫਿਰ ਕਿਸੇ ਨੇ ਕਿਹਾ, ਉਂਝ ਵੀ ਗਰੁੱਪ ਜਾਂਦੇ ਸੀ ਅਤੇ ਵੀ ਟੋਕ ਅਬਾਊਟ ਡਿਮੈਂਸ਼ੀਆ, ਅਤੇ ਉਹਦੇ ਨਾਲ ਸਾਰਿਆਂ ਨੂੰ ਹੌਲੀ ਹੌਲੀ ਇਹ ਪਤਾ ਲੱਗੇ। ਨੋਬਡੀ ਫੀਲਸ ਸ਼ਾਈ ਵੈਨ ਆਈ ਐਮ ਵੈਰੀ ਪੂਅਰ, ਦੇ ਆਲ ਹੈਲਪ ਮੀ ਐਸ ਵੈਲ, ਦੇ ਕੇਅਰ। ਐਂਡ ਨਾਓ ਆਈ ਐਮ ਟੈਲਿੰਗ ਆਲ ਮਾਈ ਫਰੈਂਡਸ, ਜਦੋਂ ਕਹਿੰਦੇ ਨਾ ਸਾਨੂੰ ਯਾਦ ਭੁੱਲ ਗਿਆ, ਵੀ ਡੋਂਟ ਰਿਮੈਂਬਰ ਦੇ, ਮੈਂ ਕਿਹਾ ਦੇਰ ਇਜ਼ ਏ ਨੋ ਹਾਰਮ ਗੋਇੰਗ ਟੂ ਕਲੀਨਿੰਗ ਫੋਰ ਟੈਸਟ, ਐਟ ਲੀਸਟ ਯੂ ਨੋ ਵੀ ਸਮਥਿੰਗ ਰੋਂਗ ਆਰ ਨੋਟ। ਜੇ ਵੱਧ ਜਾਂਦਾ ਹੋਰ 2-4 ਸਾਲ ਜ਼ਿਆਦਾ ਤਾਂ ਸ਼ਾਇਦ ਅੱਜ ਮੈਂ ਤੁਹਾਡੇ ਨਾਲ ਗੱਲ ਵੀ ਨਾ ਕਰ ਸਕਦੀ। ਸਾਨੂੰ ਹੀ ਫਾਇਦਾ ਹੈ, ਨੁਕਸਾਨ ਕੋਈ ਨਹੀਂ। ਜੇ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਮੈਨੂੰ ਹੈ, ਤਾਂ ਤੁਹਾਨੂੰ ਕੋਈ ਇਹ ਥੋੜ੍ਹੀ ਕਿ ਮੈਂ ਡਾਊਨ ਹੋ ਗਈ ਹਾਂ। ਵਾਈ ਸ਼ੁੱਡ ਵਾਈ ਹਾਈ ਥਿੰਗਸ, ਰਿਐਲਿਟੀ ਇਜ਼ ਰਿਐਲਿਟੀ। ਔਰ ਨਾਲੇ ਮੈਂ ਤਾਂ ਵੈਸੇ ਵੀ ਹੱਟੀ ਦੀ ਹਾਂ, ਇਸ ਕਰਕੇ ਫਿਕਰ ਵੀ ਨਹੀਂ। ਇਸ ਨੂੰ ਬੁੱਢੇ ਹੋਣਾ ਨਹੀਂ ਕਿਹਾ ਜਾਂਦਾ, ਇਸ ਨੂੰ ਬਿਮਾਰ ਹੋਣਾ ਕਿਹਾ ਜਾਂਦਾ। ਚਰਖਾ ਚੰਨਣ ਦਾ ਸ਼ਾਵਾ ਚਰਖਾ ਚੰਨਣ ਦਾ।